ਰਾਜੀ ਵਾਲੇ ਦੀ ਟੀਮ ਖੇਡ ਗਰਾਊਂਡ ਦੇ ਵਿੱਚ ਪੁੱਜ ਚੁੱਕੀ ਹੈ। ਮੇਜ਼ਬਾਨ ਪਿੰਡ ਧੱਲੇਕਿਆਂ ਦੀ ਟੀਮ ਦੇ ਖਿਡਾਰੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਣ ਮੇਰੇ ਵੀਰ। ਚਰਨਾ ਧੱਲੇਕੇ ਵਾਲਾ ਮਸ਼ਹੂਰ ਕਬੱਡੀ ਖਿਡਾਰੀ ਮੇਰੇ ਵੀਰ, ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦਾ ਹੋਵੇ ਜਲਦੀ ਨਾਲ ਆਪਣੀ ਟੀਮ ਨੂੰ ਲੈ ਕੇ ਖੇਡ ਗਰਾਊਂਡ ਦੇ ਵਿੱਚ ਪੁੱਜ ਜਾਵੇ। ਅੰਗਰੇਜ਼ ਵਰਗੇ ਚਰਨੇ ਵਰਗੇ ਹਿੰਦਾ ਮਲਕ ਦੀ ਧਰਤੀ ਦਾ ਆ ਧਰਤੀ ਮਾਂ ਨੂੰ ਨਮਸਕਾਰ ਕਰਦਾ। ਹਰਪ੍ਰੀਤ ਬੰਬ ਰੌਲੀ ਵਾਲਾ ਮਸ਼ਹੂਰ ਕਬੱਡੀ ਖਿਡਾਰੀ ਬੱਸੇ ਤਾਰ ਤੇ ਪੁੱਜੇ ਨੇ। ਇੱਕ ਮੇਰੀ ਬੇਨਤੀ ਹੈ ਦੋਨੇ ਟੀਮਾਂ ਨੂੰ, ਕਲੱਬ ਦਾ ਫੈਸਲਾ ਵੀ ਦੋਨੋਂ ਟੀਮਾਂ ਨੂੰ ਸਹੁੰ ਖਵਾਈ ਜਾਵੇਗੀ। ਇਹ ਸਾਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਬਈ ਬਾਬਾ ਪੰਜ ਪੀਰ ਦੀ ਸਹੁੰ ਖਵਾਈ ਜਾਵੇਗੀ ਦੋਨੋਂ ਟੀਮਾਂ ਨੂੰ। ਮੈਚ ਰਲ ਕੇ ਨਹੀਂ ਲਾਉਣਾ ਵੀਰੇ, ਇਹ ਸਾਡੀ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ। ਦੋਨੋਂ ਟੀਮਾਂ ਪ੍ਰਵਾਨ ਕਰਨਾ ਧੱਲੇਕੇ ਤੇ ਰੱਜੀ ਵਾਲਾ ਦੋਨੋਂ ਟੀਮਾਂ ਦੇ ਦਰਮਿਆਨ ਜਲਦੀ ਨਾਲ ਮੁਕਾਬਲਾ ਜਿਹੜਾ ਉਹ ਸ਼ੁਰੂ ਕਰਵਾ ਦਿੱਤਾ ਜਾਵੇ ਧੱਲੇਕੇ ਤੇ ਰੱਜੀ ਵਾਲਾ। ਪਾਣੀ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦੇਣਾ ਪ੍ਰਬੰਧਕ ਵੀਰਾਂ ਨੂੰ, ਮੇਰੀ ਬੇਨਤੀ ਹੈ ਪਾਣੀ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚਦਾ ਕਰ ਦਿੱਤਾ ਜਾਵੇ। ਪਹਿਲੇ ਵੀਰ ਨੂੰ ਰੈਫਰੀ ਵੀਰਾਂ ਨੂੰ ਬੇਨਤੀ ਆ ਕਿ ਮੈਚ ਜਿੰਨਾ ਵੀ ਜਲਦੀ ਹੋ ਸਕਦਾ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਦੇ। ਮੁਕਾਬਲਾ ਜਿਹੜਾ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ, ਮੇਰੀ ਬੇਨਤੀ ਅਫੀਸ਼ੀਅਲ ਵੀਰਾਂ ਨੂੰ। ਦੋਨੋਂ ਟੀਮਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ ਕਿ ਜਦੋਂ ਹੋਇਆ ਫਾਈਨਲ ਮੈਚ ਤਾਂ ਹੱਥ ਦਿਖਾਏ ਪੱਪੂ ਨੇ, ਢੇਰੀਆਂ ਕੋਲੇ ਆ ਕੇ ਰੇਡਰ ਢਾਏ ਪੱਪੂ ਨੇ, ਲੋਕੀ ਖੜ ਖੜ ਵੇਖਣ ਸਾਰੇ, ਜਦੋਂ ਨੋਟ ਚੰਨੇ ਨੇ ਮਾਰੇ ਨਾ ਰੱਖੇ ਉਹ ਦਿਲ ਕਰਾੜਾਂ ਦਾ, ਹਰਜੀਤ ਬੜਾ ਹੀ ਚੇਤੇ ਆਉਂਦਾ ਪੁੱਤ ਬਰਾੜਾਂ ਦਾ, ਹਰਜੀਤ ਬੜਾ ਹੀ ਚੇਤੇ ਆਉਂਦਾ ਪੁੱਤ ਬਰਾੜਾਂ ਦਾ। ਲਓ ਜੀ ਸਰਦਾਰ ਕੁਲਵੰਤ ਸਿੰਘ ਜੀ, ਜੌਲ ਭੋਲਾ ਵਾਲੀਆ, ਨਿਰਮਲ ਜੌਲ, ਨਿੰਮਾ ਜੌਲ, ਬਸੰਤ ਬਾਵਾ ਕਲੱਬ ਮੈਂਬਰ ਧੱਲੇਕਿਆਂ ਵਾਲੇ ਕਹਿੰਦੇ ਨੇ ਵੀ ਜਿੰਨੇ ਵੀ ਧੱਲੇਕਿਆਂ ਦੇ ਜਾਫੀ ਜੱਫੇ ਲਾਉਣਗੇ ਹਰੇਕ ਜੱਫੇ ਤੇ 100-100 ਰੁਪਈਏ ਦੇ ਮਾਨਾਂ ਸਨਮਾਨਾਂ ਦੀ ਗੱਲ ਹੋਵੇਗੀ।
ਪਾਣੀ ਪਹਿਲੇ ਵੀਰ ਨੂੰ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਜ਼ਰੂਰ ਪਹੁੰਚਦਾ ਕਰ ਦੇਵੇ। ਲਓ ਜੀ ਸਾਡੇ ਇਸ 14ਵੇਂ ਸ਼ਾਨਦਾਰ ਖੇਡ ਮੇਲੇ ਦਾ ਫਾਈਨਲ ਮੈਚ ਰੱਜੀ ਵਾਲਾ ਵਰਸੀ ਧੱਲੇ ਕੇ ਰੱਜੀ ਵਾਲੇ ਰੱਜੀ ਵਾਲਾ ਤੇ ਧੱਲੇ ਕੇ ਦੀਆਂ ਟੀਮਾਂ ਦੇ ਦਰਮਿਆਨ ਸਾਡੇ ਇਸ 14ਵੇਂ ਸ਼ਾਨਦਾਰ ਖੇਡ ਮੇਲੇ ਦਾ ਫਾਈਨਲ ਮੈਚ ਦਰਸ਼ਕ ਵੀਰੋ ਤੁਹਾਡੇ ਨਜ਼ਰੀ ਕਰਨ ਜਾ ਰਹੇ ਹਾਂ ਕਿ ਰੱਜੀ ਵਾਲੇ ਤੇ ਧੱਲੇ ਕਹਿੰਦਾ ਮੈਚ ਮਿੱਤਰੋ ਬਈ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਦਰਸ਼ਕਾਂ 'ਚ ਗੱਲਾਂ ਹੁੰਦੀਆਂ ਬਈ ਟੀਮਾਂ ਦੋਨੋਂ ਚੰਗੀਆਂ ਦੋਨੋਂ ਹੀ ਟੀਮਾਂ ਦਾ ਨਾਂ ਆਉਂਦਾ ਯਾਰੋ ਲਿਸਟ ਹਿੱਟ ਤੇ ਕਿਹਦਿਆਂ ਪੱਟਾਂ ਦੇ ਵਿੱਚ ਦਮ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦਿਆਂ ਡੋਲਾਂ ਦੇ ਵਿੱਚ ਦਮ ਮਿੱਤਰੋ ਉਹਨੇ ਜਾਣਾ ਜਿੱਤ ਕੇ ਅੱਜ ਜਵਾਨੀ ਦਾ ਜ਼ੋਰ ਪਰਖਿਆ ਜਾਣਾ ਸਾਢੇ ਗਿਆਰਾਂ ਬਾਰਾਂ ਜਿਸ ਟੀਮ ਦੇ ਪਹਿਲਾਂ ਹੋਣਗੇ ਉਸ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ ਸਾਢੇ ਗਿਆਰਾਂ ਜਾਂ ਬਾਰਾਂ ਜਿਹਨਾਂ ਨੇ ਪੁਆਇੰਟ ਨੋਟ ਕਰਨੇ ਆ ਉਹ ਬਾਈ ਜੀ ਨੋਟ ਕਰ ਲੈਣ ਸੁਪਰੀਮ ਗਾਦੇ ਵਿੱਚ ਲਓ ਜੀ ਸਾਡੇ ਪ੍ਰਬੰਧਕ ਵੀਰਾਂ ਦੇ ਵੱਲੋਂ ਦੋਨੋਂ ਟੀਮਾਂ ਨੂੰ ਸੌਂਹ ਖਵਾ ਦਿੱਤੀ ਗਈ ਹੈ ਦੋਨੋਂ ਟੀਮਾਂ ਨੂੰ ਸੌਂਹ ਖਵਾ ਦਿੱਤੀ ਗਈ ਹੈ ਸੜਕ ਵਾਲੀ ਸਾਈਡ ਜਿਹੜੀ ਟੀਮ ਮੇਜ਼ਬਾਨ ਪਿੰਡ ਧੱਲੇ ਕਹਿੰਦੀ ਔਰ ਇੱਧਰ ਡੇਰਾ ਬਾਬਾ ਪੰਜ ਪੀਰ ਵਾਲੀ ਸਾਈਡ ਵਿਰੋਧੀ ਟੀਮ ਰੱਜੀ ਵਾਲੇ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਅੰਗਰੇਜ਼ ਗੇਜੀ ਕਪੂਰਿਆਂ ਦੀ ਧਰਤੀ ਦਾ ਸਵਰਗਵਾਸੀ ਜਰਨੈਲ ਸਿੰਘ ਦਾ ਪੁੱਤ ਮੇਰੇ ਵੀਰੋ ਖੇਡ ਮੈਦਾਨ ਦੇ ਕਬੱਡੀ ਪਾ ਰਿਹਾ ਚਾਰ ਜਾਫੀ ਧੱਲੇ ਕਹਿੰਦੀ ਧਰਤੀ ਦੇ ਪੱਟਾਂ ਤੇ ਥਾਪੀਆਂ ਮਾਰਦੇ ਨੇ ਵੰਗਾਰਦੇ ਨੇ ਜਿਹੜਾ ਵੀ ਜਾਫੀ ਜੱਫਾ ਲਾਵੇਗਾ ਕੇਵਲ ਸਿੰਘ ਜੀ USA ਵਾਲੇ ਸੁਖਮੰਦਰ ਸਿੰਘ ਜੀ ਯਾਰ ਉਹਨਾਂ ਦੇ ਵੱਲੋਂ ਇੱਕ 100 ਰੁਪਈਆ ਲੋ ਹਿੰਦਾ ਮਲਕ ਦੀ ਧਰਤੀ ਦਾ ਲਾ ਤਕੜਾ ਜੱਫਾ ਅਮਰਜੀਤ ਸਿੰਘ ਜੀ ਕਲੱਬ ਸੈਕਟਰੀ ਇੱਕ 100 ਰੁਪਈਆ ਇਸ ਨੌਜਵਾਨ ਅੰਗਰੇਜ਼ ਸਿੰਘਾ ਡੋਲੀ ਭਾਈ ਜਤਿੰਦਰ ਸਿੰਘ ਜੀ ਔਰ ਦੀਪਾ ਮੇਰਾ ਵੀਰ ਸਿੱਧੂ ਹਰਦੇਵ ਸਿੰਘ ਜੀ ਜੋਲ ਨੋਟਾਂ ਦਾ ਮੀਂਹ ਬਰਾ ਰਹੇ ਨੇ ਕਿ ਨੋਟਾਂ ਤੋਂ ਮਹਿੰਗੀ ਚੀਜ਼ ਕੁੜੋ ਜਿੰਦ ਜਾਣ ਤੇਰੇ ਤੋਂ ਵਾਰਾਂਗੇ ਨੋਟਾਂ ਦਾ ਵਰਦਾ ਹੋਇਆ ਮੀਂਹ ਬੋੜੇ ਇੱਕ ਵੀਰ ਮੇਰਾ ਜੋ ਇੱਥੇ ਨਾਲ ਦੀ ਨਾਲ ਉਹਦਾ ਮਾਨ ਸਨਮਾਨ ਫੜੀ ਜਾਓ ਮੇਰਾ ਤਾਂ ਬੋਲਣਾ ਕੰਮ ਹੈ ਵੀਰੇ ਇੱਧਰਲੇ ਬੰਨੇ ਨਿੱਕਾ ਰੱਜੀ ਵਾਲੇ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਤਿੰਦਰ ਸਿੰਘ ਜੀ ਤਾਲੀ ਵਾਲੋ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ ਆਓ ਪਰ ਸਾਹਮਣੇ ਪੈਂਦੀ ਹੋਈ ਕਬੱਡੀ ਦਾ ਨਜ਼ਾਰਾ ਤੱਕੀਏ ਅਗਲੀ ਕਬੱਡੀ ਇਹ ਗੋਲਾ ਧੱਲੇ ਕੇ ਦੀ ਧਰਤੀ ਲਾਲ ਰੰਗ ਦੀ ਪੱਟੀ ਦੇ ਵਿੱਚ ਕਬੱਡੀ ਪਾ ਰਿਹਾ
ਸਰਦਾਰ ਬਿੰਦਰ ਸਿੰਘ ਜੀ ਰੱਜੀ ਵਾਲਾ ਨਿੱਕੇ ਰੱਜੀ ਵਾਲੀਆ ਦੇ ਲਈ 100 ਰੁਪਈਏ ਦਾ ਮਾਨ ਸਨਮਾਨ ਭੇਜਦੇ ਨੇ। ਅੱਧਲੇ ਬੰਨੇ ਰਾਜੂ ਪਿੰਡਰਾਂ ਦੀ ਧਰਤੀ ਦਾ ਕਹਿਰਵਾਨ ਹੋ ਚੁੱਕਿਆ ਲਾ ਤਕੜਾ ਦਿੱਤਾ। ਸਰਦਾਰ ਹਰਦੇਵ ਸਿੰਘ ਜੀ ਜੋਰ ਚੁੱਕੇ ਵਾਲੇ ਔਰ ਅੰਗਰੇਜ਼ ਸਿੰਘਾਂ ਦੀ ਡੋਲੀ ਭਾਈ ਵਾਲੇ ਬੜਾ ਮਾਣ ਕਰ ਰਹੇ ਨੇ ਰਾਜੂ ਪਿੰਡਰਾਂ ਵਾਲੇ ਦੇ ਲਈ। ਪਿੰਦਰ ਰੱਜੀ ਵਾਲਾ ਆ ਰਾਜੂ ਪਿੰਡਰਾਂ ਵਾਲੇ ਨਿੱਕੇ ਨਿੱਕੇ ਰਾਜੂ ਪਿੰਡਰਾਂ ਵਾਲੇ ਦੇ ਲਈ 100 ਰੁਪਈਏ ਦਾ ਮਾਨ ਸਨਮਾਨ। ਆਓ ਫਿਰ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਦੀਪੇ ਬਰਾੜ ਵੱਲੋਂ ਚਰਨੇ ਦੇ ਲਈ 100 ਰੁਪਈਆ ਅੰਗਰੇਜ਼ ਸੰਘਾ ਡੋਲੀ ਭਾਈ ਵਾਲੇ ਔਰ ਹਰਦੇਵ ਸਿੰਘ ਜੀ ਜੋਰ ਜੂਕੇ ਵਾਲੇ 500 ਰੁਪਈਆ ਚਰਨੇ ਦੇ ਲਈ। ਚਰਨੇ ਦੇ ਲਈ ਜਤਿੰਦਰ ਸਿੰਘ ਜੀ ਢਾਲੀਵਾਲ 100 ਰੁਪਈਏ ਦਾ ਮਾਨ ਸਨਮਾਨ ਭੇਜਦੇ ਨੇ। ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਐਸ ਆਈ ਸਾਹਿਬ ਉਹਨਾਂ ਦੇ ਵੱਲੋਂ ਹਰੇਕ ਪੁਆਇੰਟ ਤੇ 100 ਰੁਪਈਏ ਦਾ ਮਾਨ ਸਨਮਾਨ ਜਿਹੜਾ ਬਹੁਤ ਧੰਨਵਾਦ। ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਅੰਗਰੇਜ਼ ਧੱਲੇ ਕੇ ਦੀ ਧਰਤੀ ਦਾ ਅਗਲੀ ਕਬੱਡੀ ਪਾ ਰਿਹਾ ਰੱਜੀ ਵਾਲੇ ਦੇ ਵਿਹੜੇ ਦੇ ਵਿੱਚ ਨੋਟਾਂ ਦਾ ਵਰਦਾ ਹੋਇਆ ਮੀਂਹ ਚਾਰ ਜਾਪੀ ਮੈਂ ਦੇਖ ਰਿਹਾ ਵੀ ਰੱਜੀ ਵਾਲੇ ਦੀ ਧਰਤੀ ਤੇ ਜਨਤਾ ਵਰਗੇ ਚੈਣੇ ਵਰਗੇ ਲਓ ਫਿਰ ਹਲਕਾ ਜਿਹਾ ਟੱਚ ਔਰ ਪੁਆਇੰਟ ਜਿਹੜਾ ਅੰਗਰੇਜ਼ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਰੂਪੇ ਜੋੜ ਵੱਲੋਂ ਚਰਨੇ ਦੇ ਲਈ 100 ਰੁਪਏ ਦਾ ਮਾਨ ਸਨਮਾਨ ਆਇਆ। ਸਰਦਾਰ ਜਸਵਿੰਦਰ ਸਿੰਘ ਜੀ MDO ਪੰਜਾਬ ਪੁਲਿਸ ਉਹਨਾਂ ਦੇ ਵੱਲੋਂ ਹਰੇਕ ਪੁਆਇੰਟ ਤੇ 100 ਰੁਪਏ ਕੇਵਲ ਸਿੰਘ ਜੀ ਜੋਰ USA ਵਾਲੇ ਅੰਗਰੇਜ਼ ਦੇ ਲਈ 100 ਰੁਪਏ ਨਿੰਦਰਾ ਜਿੰਨੇ ਵੀ ਜੱਪੇ ਲਾਵੇਗਾ ਉਹਦੇ ਚਾਚਾ ਜੀ ਕੈਨੇਡੀਅਨ ਦੇ ਵੱਲੋਂ ਉਹਨੇ 100 ਰੁਪਈਏ ਦੇ ਮਾਨ ਸਨਮਾਨ ਹੋਣਗੇ। ਆਓ ਫਿਰ ਸਾਹਮਣੇ ਪੈਂਦੀ ਹੋਈ ਕਬੱਡੀ ਦਾ ਨਜ਼ਾਰਾ ਤੱਕੀਏ। ਸਰਦਾਰ ਹਰਦੇਵ ਸਿੰਘ ਜੀ ਜੋੜ ਔਰ ਕੇਵਲ ਸਿੰਘ ਜੀ ਸੰਘਾ ਬੋਲਾਂ ਤੋਂ ਖੁਸ਼ ਹੋ ਕੇ ਅੰਗਰੇਜ਼ ਸਿੰਘ ਜੀ ਸੰਘਾ ਡੋਲੀ ਭਾਈ ਵਾਲੇ ਔਰ ਨਾਲ ਹੀ ਉਹਨਾਂ ਦੇ ਹਰਦੇਵ ਸਿੰਘ ਜੀ ਜੋੜ ਸਾਹਿਬ ਬਹੁਤ ਸਾਰਾ ਮਾਣ ਪਿਆਰ ਬੋਲਾਂ ਤੋਂ ਖੁਸ਼ ਹੋ ਕੇ ਭੇਜ ਗਏ ਨੇ। ਬਹੁਤ ਬਹੁਤ ਧੰਨਵਾਦ। ਜਤਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਦੇ ਵੱਲੋਂ ਅੰਗਰੇਜ਼ ਦੇ ਲਈ 100 ਰੁਪਈਏ ਦਾ ਮਾਨ ਸਨਮਾਨ। ਸ਼ਿੰਦਰ ਤੂੜੀ ਵਾਲੇ ਦੇ ਵੱਲੋਂ ਅੰਗਰੇਜ਼ 100 ਰੁਪਈਆ ਬੋੜੇ ਆ ਵੀਰ ਨਾਲ ਦੀ ਨਾਲ ਪੈਸੇ ਫੜੀ ਚੱਲ ਅੰਗਰੇਜ਼ ਦਾ 200 ਰੁਪਈਆ ਸੋਨੂ ਨੇ 100 ਰੁਪਈਆ ਬਿੰਦਰ ਰੱਜੀ ਵਾਲੇ ਵੀਰ ਦੇ ਵੱਲੋਂ ਜੇਕਰ ਚਰਨਾ ਜੱਪਾ ਲਾਵੇਗਾ ਅੰਗਰੇਜ਼ ਸਿੰਘ ਜੀ ਸੰਘਾ ਡੋਲੀ ਭਾਈ ਔਰ ਹਰਦੇਵ ਸਿੰਘ ਜੀ ਜੋੜ ਉਹਨਾਂ ਦੇ ਵੱਲੋਂ 500 ਰੁਪਈਆ ਹੋਵੇਗਾ। ਸਿੰਘ ਜੀ ਜੋਲ ਸਾਹਿਬ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਈਏ ਦਾ ਮਾਨ ਸਨਮਾਨ ਭੇਜਦੇ ਨੇ ਚਰਨੇ ਦੇ ਲਈ। ਅੰਗਰੇਜ਼ ਸਿੰਘ ਜੀ ਜੋਲ ਸਾਹਿਬ ਚਰਨੇ ਦੇ ਲਈ 50
ਹਜ਼ਾਰ ਰੁਪਈਆ ਦਾ ਮਾਨ ਸਨਮਾਨ ਭੇਜਦੇ ਨੇ। ਗੇਜੀ ਕਪੂਰੀਆ ਮੇਰੇ ਕੋਲ 100 ਰੁਪਈਆ, ਸੁੰਦਰ ਮੇਰਾ ਵੀਰ ਤੂੜੀ ਵਾਲਾ ਅੰਗਰੇਜ਼ ਨੂੰ 100 ਰੁਪਈਆ, ਦੀਪਾ ਮੇਰਾ ਵੀਰ ਕੈਨੇਡਾ ਵਾਲਾ, ਸਾਡੇ ਸਿੱਧੂ ਸਾਹਿਬ ਆਓ ਪਰ ਸਾਹਮਣੇ ਪੈਂਦੀ ਹੋਈ ਕਬੱਡੀ ਲੱਕ ਦੇ ਮੈਚੇ ਲੈਣ ਦੀ ਗੱਲ ਔਰ ਪੁਆਇੰਟ ਜਿਹੜਾ ਰੱਜੀ ਵਾਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹਰਦੇਵ ਸਿੰਘ ਜੀ ਜੋ ਯੂਕੇ ਵਾਲੇ ਆਲੋ ਅੰਗਰੇਜ਼ ਸਿੰਘ ਜੀ ਡੋਲੀ ਭਾਈ ਵਾਲੇ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਈਏ ਦਾ ਮਾਨ ਸਨਮਾਨ ਭੇਜਦੇ ਨੇ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ। ਹਰਦੇਵ ਸਿੰਘ ਜੀ ਜੋ ਯੂਕੇ ਵਾਲੇ ਅੰਗਰੇਜ਼ ਸਿੰਘਾਂ ਡੋਲੀ ਭਾਈ 500 ਰੁਪਈਆ ਬੋਲਾਂ ਤੋਂ ਖੁਸ਼ ਹੋ ਕੇ ਭੇਜ ਗਏ ਨੇ। ਬਲਵੰਤ ਯੂਕੇ ਵੱਲੋਂ ਨਿੰਦਰਾ ਜੱਫਾ ਲਾਵੇਗਾ ਤੇ 500 ਰੁਪਇਆ ਹੋਵੇਗਾ। ਆਓ ਫਿਰ ਸਾਹਮਣੇ ਨਿੱਕੇ ਰੱਜੀ ਵਾਲੀਏ ਦੀ ਪੈਂਦੀ ਹੋਈ ਕਬੱਡੀ ਹਿੰਦਾ ਮਲਕ ਦੀ ਧਰਤੀ ਦਾ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਜਿਹੜਾ ਇੱਧਰ ਸਰਦਾਰ ਜਸਵਿੰਦਰ ਸਿੰਘ ਜੀ MDO ਪੰਜਾਬ ਪੁਲਿਸ ਉਹਨਾਂ ਵੱਲੋਂ 100 ਰੁਪਇਆ ਹੋਵੇਗਾ ਹਰੇਕ ਡੱਪੇ ਤੇ। ਜੇਕਰ ਚਰਨਾ ਜੱਫਾ ਲਾਵੇਗਾ ਤਾਂ 500 ਰੁਪਇਆ ਹਰਦੇਵ ਸਿੰਘ ਜੀ ਯੋਰ ਯੂਕੇ ਵਾਲੇ ਅੰਗਰੇਜ਼ ਸਿੰਘਾਂ ਡੋਲੀ ਭਾਈ ਉਹਨਾਂ ਦੇ ਵੱਲੋਂ 500 ਹੋਵੇਗਾ ਜੇਕਰ ਚਰਨਾ ਜੱਫਾ ਲਾਵੇਗਾ। ₹500 ਅਮਰਜੀਤ ਸਿੰਘ ਜੀ ਸਾਡੇ ਮਾਸਟਰ ਜੀ 500 ਰੁਪਇਆ ਚਰਨੇ ਦੇ ਲਈ ਮਾਨ ਸਨਮਾਨ ਭੇਜਦੇ ਨੇ। ਬਹੁਤ ਬਹੁਤ ਧੰਨਵਾਦ। ਬੋੜੇ ਇੱਥੇ ਆ ਜਾ ਵੀਰੇ, ਪੈਸੇ ਨਾਲ ਦੀ ਨਾਲ ਫੜੀ ਜਾਓ। 100 ਰੁਪਇਆ ਮਨਦੀਪ ਸਿੰਘ ਨੂੰ, ਵਿਆਪਕ ਸਿੰਘ ਜੀ ਢਾਲੀਵਾਲ, ਅੰਗਰੇਜ਼ ਸਿੰਘ ਜੀ ਸੰਘਾ, ਹਰਦੇਵ ਸਿੰਘ ਜੀ ਜੋਹਰ ਬੋਲਿਆਂ ਤੋਂ ਖੁਸ਼ ਹੋ ਕੇ 200 ਰੁਪਇਆ ਦਾ ਮਾਨ ਸਨਮਾਨ ਭੇਜਦੇ ਨੇ। ਅਜਮੇਰ ਸਿੰਘ ਜੋਹਰ ਉਹਨਾਂ ਵੱਲੋਂ ਜੇ ਨਿੰਦਰਾ ਜੱਫਾ ਲਾਵੇਗਾ ਸੋਨੂ ਦੇ ਲਈ ਜੋਹਰ ਕੰਕਰੀਟ ਬਲਾਕ ਇੰਡਸਟਰੀ ਵਾਲਿਆਂ ਦੇ ਵੱਲੋਂ 500 ਰੁਪਏ ਦਾ ਮਾਨ ਸਨਮਾਨ ਹੈ ਜੀ। 100 ਰੁਪਇਆ ਜੇ ਜਿਹੜਾ ਵੀ ਜਾਪੀ ਜੱਫਾ ਲਾਵੇਗਾ ਤੇ ਰੱਜੀ ਵਾਲੀਆ ਹਰਪ੍ਰੀਤ ਬੰਬੜੋਂ ਹਰਮਨ ਦੇ ਵੱਲੋਂ ਰੌਲੀ ਵਾਲੇ ਬੰਬ ਦੇ ਲਈ ਸੁੰਦਰ ਤੂੜੀ ਵਾਲਾ 100 ਰੁਪਇਆ। ਜੇਕਰ ਚਰਨਾ ਜੱਫਾ ਲਾਵੇਗਾ ਬਲਵੰਤ ਯੂਕੇ ਪੰਮੀ ਯੂਕੇ ਦੇ ਵੱਲੋਂ 200 ਰੁਪਇਆ ਹੋਵੇਗਾ ਬਾਈ ਜੀ। ਇੱਧਰਲੇ ਬੰਨੇ ਅੰਗਰੇਜ਼ ਗੇਜੀ ਦੀ ਪੈਂਦੀ ਹੋਈ ਕਬੱਡੀ ਸਰਦਾਰ ਜਸਵਿੰਦਰ ਸਿੰਘ ਜੀ MDO ਪੰਜਾਬ ਪੁਲਿਸ ਬੜਾ ਮਾਣ ਕਰਦੇ ਨੇ ਖਿਡਾਰੀਆਂ ਦਾ। ਆਓ ਫਿਰ ਗੇਜੀ ਕਪੂਰੀਆਂ ਵਾਲਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਸਾਰੇ ਅੰਗਰੇਜ਼ ਗੇਜੀ ਦੇ ਲਈ ਬਿੰਦਰ ਰੱਜੀ ਵਾਲਾ, ਗੇਜੀ ਦੇ ਲਈ ਸੁੰਦਰ ਤੂੜੀ ਵਾਲਾ 100 ਰੁਪਇਆ। ਬੋੜੇ ਗੇਜੀ ਦੇ ਬਾਈ ਜੀ ਇੱਧਰਲੇ ਬੰਨੇ ਲੱਗਦਾ ਹੋਇਆ ਜੱਫਾ ਬਹੁਤ ਮਾਣ ਕੀਤਾ ਜਾ ਰਿਹਾ ਇਹਨਾਂ ਖਿਡਾਰੀ ਵੀਰਾਂ ਦਾ। ਅੰਗਰੇਜ਼ ਸਿੰਘ ਜੀ ਸੰਘਾ ਡੋਲੀ ਭਾਈ ਵਾਲੇ ਬੋਲਾਂ ਤੋਂ ਖੁਸ਼ ਹੋ ਕੇ ਮਾਨ ਸਨਮਾਨ ਭੇਜਦੇ ਨੇ। ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਅੱਜ ਦਾ ਜਿਹੜਾ ਸਾਡਾ ਖੇਡ ਮੇਲਾ 14ਵਾਂ ਬਲਵੰਤ ਯੂਕੇ, ਬਲਵੰਤ ਯੂਕੇ ਵੱਲੋਂ 200 ਰੁਪਇਆ ਸਮੁੱਚੀ ਟੀਮ ਦੇ ਲਈ ਮਾਨ ਸਨਮਾਨ ਆਇਆ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ। ਉਹ ਸ਼ਿੰਦਰਾ
ਲਓ ਜੀ ਸਰਦਾਰ ਅੰਗਰੇਜ਼ ਸਿੰਘ ਜੀ ਸੰਘਾ ਬੋਲੀ ਭਾਈ ਬੜੇ ਔਰ ਹਰਦੇਵ ਸਿੰਘ ਜੀ ਯੋਰ ਯੂਕੇ ਬੜੇ ਨੋਟਾਂ ਦਾ ਮੀਂਹ ਭਰਾਇਆ ਇਹਨਾਂ ਵੀਰਾਂ ਨੇ। ਇਸ ਦੇ ਨਾਲ ਜੇਤੂ ਟੀਮ ਵੀਰੇ, ਜੇਤੂ ਟੀਮ ਰੱਜੀ ਵਾਲਾ ਫਾਸਟ ਢੱਲੇਗੇ ਦੀ ਟੀਮ ਜਿਹੜੀ ਸੈਕਿੰਡ ਰਹੀ ਹੈ, ਰੱਜੀ ਵਾਲਾ ਫਾਸਟ ਢੱਲੇਗੇ ਸੈਕਿੰਡ। ਸਾਊਂਡ ਆਪਰੇਟਰ ਸਾਊਂਡ ਦੇ ਗੁੱਟ ਦੇ ਗੁੱਟ ਦੇ ਗੁੱਟ ਦੇ